ਬਾਰ ਐਸੋਸੀਏਸ਼ਨ ਦੀਆਂ ਚੋਣਾਂ 'ਚ ਵਿਕਾਸ ਮਲਿਕ ਨੇ ਪ੍ਰਧਾਨਗੀ ਦੀ ਚੋਣ ਜਿੱਤ ਲਈ ਹੈ। ਵਿਕਾਸ ਮਲਿਕ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣ ਗਏ ਨੇ। ਇਹ ਸਾਰੇ ਵਿਕਾਸ ਮਲਿਕ ਨੇ ਕਿਹਾ ਕਿ ਇਹ ਸਾਰੇ ਨੌਜਵਾਨ ਵਕੀਲਾਂ ਦੀ ਜਿੱਤ ਹੈ ਔਰ ਅਸੀਂ ਸਾਰੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂਗੇ। ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਬਹੁਤ ਜ਼ਿਆਦਾ ਅਹਿਮੀਅਤ ਰੱਖਦੀਆਂ ਨੇ, ਬਹੁਤ ਇਸਦੀ ਚਰਚਾ ਵੀ ਰਹਿੰਦੀ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਚਿਹਰੇ ਜਿੱਤ ਹਾਸਲ ਕਰਦੇ ਨੇ ਉਹਨਾਂ ਦੀ ਬੇਹੱਦ ਅਹਿਮੀਅਤ ਹੁੰਦੀ ਹੈ। ਹਰ ਐਸੋਸੀਏਸ਼ਨ ਵੈਸੇ ਹਰ ਡਿਸਟ੍ਰਿਕਟ ਪੱਧਰ 'ਤੇ ਬਣੀ ਹੁੰਦੀ ਹੈ ਪਰ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦਾ ਇੱਕ ਵੱਖਰਾ ਹੀ ਰੰਗ ਹੁੰਦਾ, ਉਹ ਰੰਗ ਚੰਡੀਗੜ੍ਹ ਦੇ ਵਿੱਚ ਵੀ ਨਜ਼ਰ ਆਇਆ ਔਰ ਵਿਕਾਸ ਮਲਿਕ ਚੰਡੀਗੜ੍ਹ ਦੇ ਵਿੱਚ ਹੋਈ ਇਸ ਚੋਣ ਦੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ। ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ 'ਤੇ ਹੋਰ ਜਾਣਕਾਰੀ ਲਈ। ਉਮੇਸ਼, ਕਾਫੀ ਦਿਲਚਸਪ ਹੁੰਦਾ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਔਰ ਚਰਚਾ ਵੀ ਇਸਦੀ ਕਾਫੀ ਵੱਡੇ ਪੱਧਰ 'ਤੇ ਹੁੰਦੀ ਹੈ ਔਰ ਇਸ ਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਕਿ ਬੜੀ ਸਾਰੀ ਫੋਰਸ ਲੱਗੀ ਹੁੰਦੀ ਹੈ ਆਪੋ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ। ਐਸ ਐਚ ਵਿਕਾਸ ਮਲਿਕ ਦੀ ਜਿੱਤ ਕਿਸ ਤਰੀਕੇ ਨਾਲ ਦੇਖ ਰਹੇ ਨੇ? ਬਿਲਕੁਲ ਵਿਜੇ, ਦੇਖੋ ਜਿੱਦਾਂ ਆਪਾਂ ਗੱਲ ਕਰਦੇ ਹਾਂ, ਚਾਹੇ ਐਮ ਪੀ ਦੀ ਇਲੈਕਸ਼ਨ ਹੋਣ, ਚਾਹੇ ਸਟੇਟ ਦੀ ਇਲੈਕਸ਼ਨ ਹੋਣ, ਪੰਚਾਇਤਾਂ ਦੀ ਹੋਣ, ਨਗਰ ਪਾਲਿਕਾ ਦੀ ਹੋਣ, ਹੈ ਨਾ, ਉਹਨਾਂ ਚੋਣਾਂ ਦੀ ਵੀ ਅਹਿਮੀਅਤ ਹੈ। ਲੇਕਿਨ ਇਸ ਚੋਣ ਦੀ ਅਹਿਮੀਅਤ ਇਹ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਯਾਨੀ ਕਿ ਪੰਜਾਬ ਦੇ ਹਰਿਆਣਾ ਤੇ ਜਿਹੜੇ ਲੋਕਾਂ ਨੂੰ ਉਹਨਾਂ ਦੇ ਵਕੀਲਾਂ ਦੀ ਇੱਕ ਸੰਸਥਾ ਹੈ, ਬਹੁਤ ਵੱਡੀ ਸੰਸਥਾ ਹੈ ਔਰ ਇਹਨਾਂ ਦੇ ਇਲੈਕਸ਼ਨ, ਤੁਸੀਂ ਗੱਲ ਕੀਤੀ ਕਿ ਫੋਰਸ ਲੱਗੀ ਹੁੰਦੀ ਹੈ, ਬਿਲਕੁਲ ਪਿਛਲੇ ਜੇ ਮੈਂ ਕਹਾਂ ਕਿ ਇੱਕ ਹਫ਼ਤੇ ਤੋਂ ਜ਼ਿਆਦਾ, ਪੂਰਾ ਇੱਕ ਹਫ਼ਤਾ ਪੱਖਿਆ ਹੁੰਦਾ ਲਾਸਟ ਦਾ, ਬਹੁਤ ਮੈਨ ਟੂ ਮੈਨ ਗੱਲ ਹੁੰਦੀ ਹੈ। ਔਰ ਮੈਂ ਇੱਕ ਹੋਰ ਦਿਲਚਸਪ ਗੱਲ ਦੱਸਦਾ, ਪੰਜਾਬ ਦੇ ਏ ਜੀ ਹੋਣ, ਹਰਿਆਣਾ ਦੇ ਏ ਜੀ ਹੋਣ, ਏ ਜੀ ਆਫਿਸ ਹੋਣ, ਜਾ ਕੇ ਕੈਂਪੇਨ ਕੀਤੀ ਜਾਂਦੀ ਹੈ, ਪੁਰਾਣੇ ਸੀਨੀਅਰ ਵਕੀਲਾਂ ਕੋਲ ਜਾਂਦੇ ਹੈ ਗਰੁੱਪ ਕਿ ਜੀ ਇਹ ਸਾਡੇ ਕੈਂਡੀਡੇਟ ਹੈ ਜੀ, ਮੈਂ ਪ੍ਰਧਾਨ ਲਈ ਖੜਿਆ, ਮੈਂ ਸੈਕਟਰੀ ਲਈ ਖੜਿਆ। ਔਰ ਐਤਕੀ ਵੀ ਜੇ ਵਿਕਾਸ ਮਲਿਕ ਦਾ ਜਿੱਤ, ਕਿਉਂਕਿ ਵਿਕਾਸ ਮਲਿਕ ਦੇ ਨਾਲ ਯੂਥ ਐਡਵੋਕੇਟ ਕਾਫੀ ਸੀਗਾ ਔਰ ਇਸ ਕਰਕੇ ਵਿਕਾਸ ਨੇ ਜਿੱਦਾਂ ਹੁਣ ਬਾਈਟ ਵੀ ਇਹ ਜਿਹੜੀ ਦਿੱਤੀ ਹੈ, ਇਹਦੇ ਵਿੱਚ ਸਾਫ਼ ਕਿਹਾ ਕਿ ਇਹ ਜਿੱਤ ਜਿਹੜੇ ਯੰਗਸਟਰ ਨੇ, ਯੰਗ ਵਕੀਲ ਨੇ, ਉਹਨਾਂ ਦੀ ਜਿੱਤ ਹੈ। ਔਰ ਇਹ ਇਲੈਕਸ਼ਨ ਵੀ ਜੇ ਇਸ ਕਰਕੇ ਵੀ ਖਾਸ ਹੈ ਕਿ ਪਹਿਲੀ ਵਾਰ EVM ਦਾ ਯੂਜ਼ ਹੋਇਆ ਹੈ ਪੰਜਾਬ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਚੋਣਾਂ ਵਿੱਚ। ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਚੋਣਾਂ ਵਿੱਚ ਵੀ EVM ਯੂਜ਼ ਕੀਤੀ ਗਈ, ਲੇਕਿਨ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਜਿਹੜੇ ਚੋਣਾਂ ਨੇ, 5 ਪੋਸਟਾਂ ਨੇ ਜਿਹੜੀ ਮੇਨ, ਉਹਨਾਂ ਲਈ EVM ਹੈ, ਬਾਕੀ ਜਿਹੜੇ ਐਗਜ਼ੈਕਟਿਵ ਦੀ ਪੋਸਟਾਂ ਨੇ ਉਹਨਾਂ ਲਈ ਬੈਲਟ ਪੇਪਰ ਹੀ ਯੂਜ਼ ਹੈ, ਉਹਨਾਂ ਦੀ ਕਾਊਂਟਿੰਗ ਕੱਲ੍ਹ ਹੋਣੀ ਹੈ। ਲੇਕਿਨ 5 ਮੇਨ ਪੋਸਟਾਂ ਹੁੰਦੇ ਨੇ, ਪ੍ਰਧਾਨ, ਸੈਕਟਰੀ ਜਨਰਲ, ਸੈਕਟਰੀ, ਵਾਈਸ ਪ੍ਰੈਜੀਡੈਂਟ, ਟ੍ਰੇਜ਼ਰਾਂ, ਇੱਦਾਂ ਸਮੇਤ 5 ਪੋਸਟਾਂ ਨੇ। ਤਾਂ ਵਿਕਾਸ ਮਲਿਕ ਦਾ ਜਿੱਤਣਾ, ਉਹਨੇ ਕਿਹਾ ਕਿ ਯੂਥ ਐਡਵੋਕੇਟ ਜਿਹੜਾ ਉਹਨਾਂ ਦੇ ਨਾਲ ਹੈ, ਉਹ ਜਿੱਤ ਦਾ ਸਿਹਰਾ ਵਿਕਾਸ ਮਲਿਕ ਦੇ ਸਿਰ ਬੰਨ੍ਹਿਆ। ਸ਼ੁਕਰੀਆ ਉਮੇਸ਼ ਇਸ ਜਾਣਕਾਰੀ ਦੇ ਲਈ। ਤਾਂ ਜਿੱਤ ਦਾ ਸਿਹਰਾ ਵਿਕਾਸ ਮਲਿਕ ਦੇ ਸਿਰ ਬੰਨ੍ਹਿਆ ਹੈ। ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਦੇਖ ਸਕਦੇ ਹਾਂ, ਮੂੰਹ ਮਿੱਠੇ ਕਰਵਾਏ ਜਾ ਰਹੇ ਨੇ, ਜੋਸ਼ ਤੇ ਉਤਸ਼ਾਹ ਦੇ ਨਾਲ ਇਸ ਜਿੱਤ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ। ये सारे यंगस्टर्स की जीत है, जो ये जीत है, ये पूरे हाईकोर्ट के वकीलों की जीत है, ये जीत है, ये यूनिटी की जीत है, ये जो जीत है, जो सफरर थे वकील, ये उनकी जीत है, ये न्याय की जीत है। और अब सीधी सी बात है, जो प्रोमिसेस मैंने जनरल हाउस में किए थे वो अपने टेन्योर में पूरे करके दे दूंगा, टाइम बाउंड सर, उससे बेटर करके दूंगा। जो मैंने जनरल हाउस में अपनी स्पीच में जो बोला था, हर चीज मैंने टाइम बाउंड मैनर में बोली थी और वो टाइम बाउंड मैनर में कंप्लीट करके